ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਕਸ਼ਮੀਰ ਦੀ ਹਿੰਸਾ ਨੂੰ ਅੱਜ 20 ਦਿਨ ਹੋ ਚੁੱਕੇ ਹਨ ਅਤੇ ਕਰਫਿਊ ਦੌਰਾਨ ਅੱਜ ਵੀ ਕਸ਼ਮੀਰੀਆਂ ਵੱਲੋਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸ ਹਿੰਸਾ ਦੌਰਾਨ ਘੱਟੋ ਘੱਟ 46 ਆਮ ਲੋਕਾਂ ਅਤੇ 2 ਪੁਲਿਸ ਵਾਲਿਆਂ ਦੀ ਮੌਤ ਹੋ ਚੁੱਕੀ ਹੈ। ਅੱਜ ਦੇ ਸ਼ੋਅ ਵਿੱਚ ਅਸੀਂ ਕਸ਼ਮੀਰ ਦੀ ਮੌਜੂਦਾ ਸਥਿਤੀ ਅਤੇ ਉੱਥੇ ਵਸਦੇ ਸਿੱਖਾਂ ਸੰਬੰਧੀ ਗੱਲਬਾਤ ਕਰਾਂਗੇ। ਸਿੱਖ ਮੁਸਲਮਾਨ ਭਾਈਚਾਰਕ ਸਾਂਝ ਅਤੇ ਹੋਰ ਵੇਰਵਿਆਂ ਸੰਬੰਧੀ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸ੍ਰੀਨਗਰ ਤੋਂ ਇੰਸਟੀਚਿਊਟ ਆਫ ਗੁਰਮਤ ਸਟੱਡੀਜ਼ ਦੇ ਮੁੱਖ ਸੇਵਾਦਾਰ ਸੁਖਬੀਰ ਸਿੰਘ ਖਾਲਿਸਤਾਨੀ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਹਾਂਜੀ ਸੁਖਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਬੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨਾਲ, ਸਾਡੇ ਟੀਵੀ ਚੈਨਲ ਦੇ ਮਾਧਿਅਮ ਦੇ ਥਰੂ ਅੱਜ ਪਹਿਲੀ ਵਾਰ ਸਾਡੇ ਦਰਸ਼ਕਾਂ ਨਾਲ ਰੂਬਰੂ ਹੋ ਰਹੇ ਹੋ ਅਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ। ਸਰ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੀ ਇੰਸਟੀਚਿਊਟ ਆਫ ਗੁਰਮਤ ਸਟੱਡੀਜ਼ ਹੈਗੀ ਆ ਸ੍ਰੀਨਗਰ ਬੇਸਡ, ਤੁਸੀਂ ਇਹਦੇ ਮੁੱਖ ਸੇਵਾਦਾਰ ਹੈਗੇ ਹੋ, ਅਤੇ ਤੁਸੀਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਅਤੇ ਆਪਣੇ ਇੰਸਟੀਚਿਊਟ ਆਫ ਗੁਰਮਤ ਸਟੱਡੀਜ਼ ਬਾਰੇ, ਉਹਦੇ ਕੰਮਕਾਜ ਬਾਰੇ ਅਤੇ ਉਪਰਾਲਿਆਂ ਬਾਰੇ ਜਾਣਕਾਰੀ ਦਿਓ ਥੋੜ੍ਹੀ। ਇੰਸਟੀਚਿਊਟ ਆਫ ਗੁਰਮਤ ਸਟੱਡੀਜ਼ ਗੁਰਮਤ ਇਸਤਰਾਲ ਇਸਦੇ ਰਿਸਰਚ ਤੇ ਸੋਸ਼ਲ ਜਥੇਬੰਦੀ ਹੈ ਜੀ। ਜੀ, ਤੇ ਜਥੇਬੰਦੀ ਦਾ ਮੇਨ ਮੋਟੋ ਜਿਹੜਾ ਵਾ ਸਾਡੀ ਤੇ ਧਰਮ ਪ੍ਰਚਾਰ ਦੇ ਕੰਮ ਕੀਤੇ ਜਾਣ। ਗੁਰਮਤ ਇਸਤਰਾਲ ਵੱਲੋਂ ਗੁਰਮਤ ਵਿਦਿਆਲੇ ਜਿਹੜੇ ਆ ਉਹ ਹਰ ਜਗ੍ਹਾ ਤੇ ਖੋਲੇ ਗਏ ਆ, ਜਿਹਦੇ ਚ ਵਿਦਿਆਰਥੀਆਂ ਨੂੰ ਗੁਰਮਤਿ ਐਜੂਕੇਸ਼ਨ ਮਿਲਦੀ ਆ ਜੀ। ਤੇ ਗੁਰਮਤਿ ਸਾਹਿਬ ਉਹਨਾਂ ਨੂੰ ਅੰਮ੍ਰਿਤ ਸੰਚਾਰ, ਧਾਰਮਿਕ ਮੂਵੀ, ਗੁਰਮਤਿ ਸਮਾਗਮ, ਇਹ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ। ਤੇ ਕਸ਼ਮੀਰ ਦੇ ਹਰ ਇੱਕ ਲੋਕਾਂ ਕਾਰਨ ਚ ਹਰ ਇੱਕ ਦਿਨ ਚ ਸਮਾਗਮ ਕੀਤੇ ਜਾਂਦੇ ਹਨ, ਜਿਹੜੇ ਸੰਤਾਂ ਨੂੰ ਅਗਵਾਹ ਕੀਤਾ ਜਾਂਦਾ ਵਾ ਤੇ ਗੁਰਮਤਿ ਨੌਲੇਜ ਦਿੱਤੀ ਜਾਂਦੀ ਹੈ ਜੀ। ਤੇ ਦੂਜਾ ਕੰਮ ਜਿਹੜਾ ਸੋਸ਼ਲ ਵਰਕ ਹੈ ਜੀ, ਜਿਹੜੇ ਬੱਚੇ ਹੈਗੇ ਜਿਹੜੇ ਲੋੜਵੰਦ ਨੇ, ਨੀਡੀ ਬੱਚੇ ਜਿਹੜੇ ਫਾਈਨੈਂਸ਼ੀਅਲੀ ਵੀਕ ਨੇ, ਤੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਜੀ। ਜੀ, ਤੇ ਸੋਸ਼ਲ ਵਰਕ ਵਿੱਚ ਡੋਨੇਸ਼ਨ 24/7 ਵਿਦਆਊਟ ਕਾਸਟ ਫ੍ਰੀ ਐਂਡ ਕਲਰ, ਮਤਲਬ ਕਿ ਕੋਈ ਵੀ ਬੰਦਾ ਕਿਤੇ ਵੀ ਟਾਈਮ ਫੋਨ ਕਰ ਸਕਦਾ ਵਾ ਜਿਹੜਾ ਲੋੜਵੰਦ ਆ, ਤੇ ਬਲੱਡ ਅਗਰ ਉਹਨਾਂ ਨੂੰ ਚਾਹੀਦਾ ਵਾ ਤੇ ਬਲੱਡ ਡੋਨੇਟ ਕੀਤਾ ਜਾਂਦਾ ਵਾ ਜਿਹੜੇ ਵਾਲੰਟੀਅਰ ਜਿਹੜੇ ਵਿਦਿਆਰਥੀ ਨੇ ਗੁਰਮਤਿ ਸਾਹਿਬ ਦੇ। ਜੀ, ਇਹਦੇ ਚ ਮੈਰਿਜ ਦੀ ਸਮੱਸਿਆ ਅਗਰ ਫਾਈਨੈਂਸ਼ੀ ਤੌਰ ਤੇ ਕੋਈ ਸਟਰੋਂਗ ਨਹੀਂ ਆ ਤੇ ਉਹਦੇ ਲਈ ਮੈਰਿਜ ਦੀ ਕੋਈ ਪ੍ਰੋਬਲਮ ਹੁੰਦੀ ਆ ਤੇ ਗੁਰਮਤ ਸਾਹਿਬ ਵਿੱਚ ਹੁੰਦੀ ਜਿਹੜੀ ਆ ਉਹ ਉਹਦੇ ਦੀ ਜਿਹੜੀ ਪਬਲਿਕ ਦੀ ਹੈਲਪ ਕਰਦੀ ਆ ਜੀ। ਤੇ ਹੋਰ ਵੀ ਜਿਹੜਾ ਸੋਸ਼ਲ ਵਰਕ ਆ ਜਿਹੜਾ ਕਿ ਇੱਕ ਮੁੱਖ ਕੰਮ ਆ ਜਿਹੜਾ ਕਿ ਐਂਟੀ ਡੋਮਿਨੀ ਪ੍ਰਚਾਰ ਜੀ, ਦਹੇਜ ਦੇ ਵਿਰੁੱਧ ਪ੍ਰਚਾਰ ਕਰਨਾ ਜਿਹੜਾ ਸਟੇਜਾਂ ਤੋਂ ਜਾਂ ਸਮਾਜ ਦੇ ਵਿੱਚੋਂ ਜਾਂ ਇੱਕ ਪ੍ਰੋਗਰਾਮ ਆਰਗਨਾਈਜ਼ ਕਰਨੇ ਐਂਟੀ ਡੋਮਿਨੀ ਦੇ ਜਿਹੜੇ ਡੋਮਿਨੀ ਦੇ ਖਿਲਾਫ, ਤੇ ਇਹ ਵੀ ਸੋਸ਼ਲ ਵਰਕ ਦੇ ਜਿਹੜੇ ਮੁੱਖ ਕੰਮ ਨੇ ਜੀ ਜਥੇਬੰਦੀ ਦੇ। ਜੀ, ਇਹ ਜਥੇਬੰਦੀ ਨੂੰ ਅੱਜ 2006 ਨੂੰ ਸ਼ੁਰੂ ਹੋਈ ਹੈ ਜਥੇਬੰਦੀ, ਤੇ ਹਜੇ 2016 ਅੱਜ 10 ਸਾਲ ਹੋ ਗਏ ਜਥੇਬੰਦੀ ਨੂੰ ਜੀ। ਜੀ, ਤੇ ਜਿਹੜੇ ਨੌਜਵਾਨ ਨੇ ਵੱਧ ਤੋਂ ਵੱਧ ਅੰਮ੍ਰਿਤ ਸੰਚਾਰ ਕਰ ਰਹੇ ਆ ਤੇ ਮੁੱਖ ਧਾਰਾ ਹੀ ਜਾ ਰਹੇ ਆ ਜੀ। ਜੀ, ਸੁਖਬੀਰ ਸਿੰਘ ਜੀ, ਇਹਦਾ ਜਿਹੜੀ ਜਥੇਬੰਦੀ ਇਹ ਹੋਂਦ ਵਿੱਚ ਆਈ ਹੈ, ਤੁਸੀਂ ਦੱਸਿਆ ਵੀ 2006 ਦੇ ਵਿੱਚ ਹੋਂਦ ਵਿੱਚ ਆਈ ਹੈ, ਇਹਦਾ ਮੁੱਖ ਮੋਟਿਵ ਕੀ ਸੀਗਾ, ਮੁੱਖ ਉਦੇਸ਼ ਕੀ ਸੀ ਇਹਨੂੰ ਹੋਂਦ ਵਿੱਚ ਲੈ ਕੇ ਆਉਣ ਦਾ, ਤੁਸੀਂ ਕੀ ਸੋਚ ਕੇ ਇਹ ਉਪਰਾਲਾ ਸ਼ੁਰੂ ਕੀਤਾ ਸੀ? ਜੀ, ਅਗਰ ਕਸ਼ਮੀਰ ਦੀ ਗੱਲ ਕਰੀਏ ਤੇ ਮੇਨ ਜਿਹੜਾ ਸਾਡਾ ਇੱਕ ਮਕਸਦ ਸੀ ਆਰਗਨਾਈਜੇਸ਼ਨ ਜਿਹੜਾ ਸ਼ੁਰੂ ਕਰਨ ਦਾ, ਉਹ ਸੀ ਜਿਹੜਾ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਸੀ ਕਿ ਬ੍ਰਾਹਮਣਵਾਦ ਜਿਹੜਾ ਵਾ ਉਹ ਹਰ ਇੱਕ ਘਰ ਦੇ ਵਿੱਚ ਜਿਹੜਾ ਵਾ ਉਹ ਬ੍ਰਾਹਮਣਵਾਦ ਵਿਚਾਰਧਾਰਾ ਜਿਹੜੀ ਉਹ ਚੱਲ ਰਹੀ ਹੈ ਜੀ। ਰੱਖੜੀਆਂ, ਲੋਹੜੀਆਂ ਵਗੈਰਾ ਜਿਹੜੇ ਪਰਿਵਾਰੀ ਤਿਉਹਾਰ ਨੇ ਇਹਨਾਂ ਨੂੰ ਬਹੁਤ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਸੀ। ਤੇ ਇਹ ਵੇਖ ਕੇ ਬਹੁਤ ਨਾ ਬਹੁਤ ਦੁੱਖ ਹੁੰਦਾ ਸੀ ਕਿ ਸਿੰਘਾਂ ਦੇ ਘਰਾਂ ਚ ਪ੍ਰਚਾਰ ਨਹੀਂ ਸੀ, ਇਹ ਜਿਹੜੇ ਤਿਉਹਾਰ ਨੇ ਇਹ ਮਨਾਏ ਜਾਂਦੇ ਨੇ ਜੀ, ਆਪਣੇ ਮਨ ਨੂੰ ਬਹੁਤ ਤੇਜ਼ ਪਹੁੰਚਦੀ ਸੀ ਜੀ। ਤੇ ਸਾਡਾ ਪਹਿਲਾਂ ਜਥੇਬੰਦੀ ਸ਼ੁਰੂ ਹੋਈ ਤੇ ਮੇਨ ਮਕਸਦ ਸਾਡਾ ਇਹੀ ਸੀ
ਅਸੀਂ ਘਰ ਘਰ ਜਾ ਕੇ ਧਰਮ ਪ੍ਰਚਾਰ ਕਰੀਏ ਤੇ ਇਹਨਾਂ ਨੂੰ ਕਿਸੇ ਵੀ ਬਾਹਮਣਵਾਦ ਤੋਂ ਬਚੋ। ਜਿਹੜੇ ਰੀਤੀ ਰਿਵਾਜ ਨੇ ਵਹਿਮ ਭਰਮ ਵਾਲੇ ਤਿਉਹਾਰ, ਇਹਨਾਂ ਤੋਂ ਬਚੋ। ਤੇ ਇਸ ਲਈ ਅਸੀਂ ਬਹੁਤ ਵੱਡਾ ਇੱਕ ਅਵੇਅਰਨੈਸ ਪ੍ਰੋਗਰਾਮ ਉਲੀਕਿਆ ਸੀ, ਜਿਹੜਾ ਰੱਖਿਆ ਸੀ ਐਲੀਮੀਨੇਟ ਬ੍ਰਾਹਮਣਵਾਦ, ਇੱਕ ਨਾਂ ਰੱਖਿਆ ਸੀ ਜੀ, ਕਿ ਬ੍ਰਾਹਮਣਵਾਦ ਨੂੰ ਜਦੋਂ ਤੁਸੀਂ ਮੁਕਾਓ, ਕਿਉਂਕਿ ਬ੍ਰਾਹਮਣਵਾਦ ਜਿਹੜਾ ਵਾ ਇਹ ਸਾਡੀਆਂ ਜੜ੍ਹਾਂ ਜਿਹੜੀਆਂ ਨੇ ਵੀਕ ਕਰ ਰਿਹਾ। ਤੇ ਇਹਦੇ ਵਿੱਚ ਜਥੇਬੰਦੀ ਨੂੰ ਸਫਲਤਾ ਵੀ ਮਿਲੀ ਆ ਜੀ। ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਤੇ ਇਹ ਬ੍ਰਾਹਮਣਵਾਦ ਤੋਂ ਮੁਕਤ ਆ, ਤੇ ਇਹ ਜਿਹੜੇ ਰਿਲੀਜੀਅਸ ਕਾਲਜ ਅਕਾਰਡਿੰਗ ਟੂ ਗੁਰਮੁਖ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਜੀ ਸੁਖਬੀਰ ਸਿੰਘ ਜੀ, ਜਿਹੜੀ ਕਸ਼ਮੀਰ ਦੇ ਵਿੱਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਸਥਿਤੀ ਬਣੀ ਹੋਈ ਹੈ, ਇਹਦੇ ਵਿੱਚ 46 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ, ਅਤੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਜਦੋਂ ਅਸੀਂ ਕਸ਼ਮੀਰ ਦੇ ਸਿੱਖਾਂ ਦੀ ਗੱਲ ਕਰਦੇ ਹਾਂ, ਤਾਂ ਇਹ ਸਾਰੇ ਘਟਨਾਕ੍ਰਮ ਦੇ ਪ੍ਰਤੀ ਸਿੱਖ, ਕਸ਼ਮੀਰ ਦੇ ਸਿੱਖ ਕੀ ਮਹਿਸੂਸ ਕਰਦੇ ਨੇ? ਕਸ਼ਮੀਰ ਦੀ ਸਿੰਘਾਂ ਦੀ ਗੱਲ ਕਰੀਏ, ਇਹ ਜਿਹੜੇ ਮੈਜੋਰਿਟੀ ਕਮਿਊਨਿਟੀ ਆ, ਇਹ ਬਿਲਕੁਲ ਕਸ਼ਮੀਰ ਸਿੰਘਾਂ ਦੇ ਨਾਲ ਪੂਰਾ ਸਹਿਯੋਗ ਕਰਦੀ ਹੈ ਜੀ। ਜੀ ਸਾਨੂੰ ਕਦੇ ਫੀਲ ਨਹੀਂ ਹੋਇਆ ਕਿ ਅਸੀਂ ਮੈਜੋਰਿਟੀ ਕਮਿਊਨਿਟੀ ਚ ਰਹਿੰਦੇ ਹਾਂ, ਅਸੀਂ ਮਾਈਨੋਰਿਟੀ ਹਾਂ ਤੇ ਬਾਕੀ ਮੈਜੋਰਿਟੀ ਚ ਰਹਿੰਦੇ ਨੇ ਜੀ। ਇਹ ਕਸ਼ਮੀਰੀਅਤ ਇਹਨਾਂ ਨੇ ਕਾਇਮ ਰੱਖੀ ਆ ਜੀ। ਸ਼ਰਾਰਤੀ ਅਨਾਸਰ ਹੁੰਦੇ ਨੇ ਜਿਹੜੇ ਕਿ ਮਾਹੌਲ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹੜੇ ਕਿ ਚਾਹੁੰਦੇ ਨੇ ਕਿ ਮਾਈਨੋਰਿਟੀ ਤੇ ਮੈਜੋਰਿਟੀ ਦੇ ਵਿੱਚ ਲੈਕ ਹੋ ਜਾਣ, ਇਹਨਾਂ ਚ ਜਿਹੜਾ ਕੌਨਫੀਡੈਂਸ ਆ ਉਹਨੂੰ ਖਤਮ ਕੀਤਾ ਜਾਵੇ, ਤੇ ਕੋਈ ਐਸੀ ਘਟਨਾ ਜਾਂ ਐਸੀ ਕੋਈ ਟੈਂਸ਼ਨ ਕ੍ਰੀਏਟ ਕੀਤੀ ਜਾਵੇ ਕਿ ਜਿਹੜਾ ਇਹਨਾਂ ਦਾ ਮਨੋਬਲ ਆ ਮਾਈਨੋਰਿਟੀ ਕਮਿਊਨਿਟੀ ਦਾ ਉਹ ਡਿੱਗੇ ਜੀ। ਉਹ ਕਸ਼ਮੀਰ ਦੀ ਸਿੱਖ ਸੰਗਤ ਜੀ ਉਹ ਬਹੁਤ ਸੁਚੇਤ ਆ, ਜਿਹੜਾ ਕਿ ਕਿਸੇ ਤੋਂ ਪਤਾ ਜਿਹੜਾ ਕਾਂਡ ਕੀਤਾ ਸੀ ਏਜੰਸੀਆਂ ਨੇ, ਤੇ ਇਹੋ ਜਿਹੇ ਕਾਂਡ ਜਿਹੜੇ ਆ ਇਹਨਾਂ ਦਾ ਬਹੁਤ ਡਰ ਰਹਿੰਦਾ ਵਾ ਸਿੱਖ ਸੰਗਤ ਨੂੰ ਕਿ ਕੋਈ ਏਜੰਸੀ ਕਿਸੇ ਕਰ ਸਕਦੀ ਹੈ ਮੌਕੇ ਦਾ ਫਾਇਦਾ ਚੱਕ ਕੇ ਜੀ। ਕਸ਼ਮੀਰ ਚ ਇਹ ਜਿਹੜੀ ਘਟਨਾ ਵਾਪਰੀ ਆ ਬੁਰਹਾਨ ਵਾਨੀ ਦੀ, ਪਹਿਲਾਂ ਵੀ ਬਹੁਤ ਇੱਦਾਂ ਦੀਆਂ ਘਟਨਾਵਾਂ ਸੀ, ਮਗਰ ਇਹ ਜਿਹੜੀ ਘਟਨਾ ਸੀ ਇਹ ਥੋੜਾ ਜਿਹਾ ਇਹਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਸੀ, ਤੇ ਕਸ਼ਮੀਰ ਦਾ ਜਿਹੜਾ ਸਿੰਘ ਆ ਇਹਦੀ ਕੋਈ ਪ੍ਰੋਬਲਮ ਨਹੀਂ, ਅਸੀਂ ਬਿਲਕੁਲ ਸੁਰੱਖਿਅਤ ਸਥਾਨ ਤੇ ਆ ਤੇ ਮੈਜੋਰਿਟੀ ਕਮਿਊਨਿਟੀ ਪੂਰਾ ਸਾਡੇ ਨਾਲ ਸਹਿਯੋਗ ਕਰ ਰਹੀ ਹੈ ਜੀ। ਅਗਰ ਕਿਸੇ ਨੂੰ ਕੋਈ ਫੂਡ ਆਈਟਮ ਨਹੀਂ ਮਿਲਦਾ ਜਾਂ ਮੈਡੀਸਨ ਨਹੀਂ ਮਿਲਦੀ ਜਾਂ ਬਾਕੀ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ, ਤੇ ਮੈਜੋਰਿਟੀ ਕਮਿਊਨਿਟੀ ਸਾਡਾ ਪੂਰਾ ਸਹਿਯੋਗ ਕਰਦੀ ਆ, ਹਰ ਪ੍ਰਕਾਰ ਤੇ ਸਾਡਾ ਸਹਿਯੋਗ ਕਰਦੀ ਆ, ਤੇ ਐਜ ਅ ਕਸ਼ਮੀਰੀ ਨੂੰ ਕਾਇਮ ਰੱਖਿਆ ਇਹਨਾਂ ਨੇ ਜੀ। ਜੀ ਸਰ, ਜਿਵੇਂ ਤੁਸੀਂ ਬੜੇ ਵੇਰਵੇ ਨਾਲ ਦੱਸਿਆ ਕਿ ਕਸ਼ਮੀਰ ਦੀ ਜਿਹੜੀ ਮੈਜੋਰਿਟੀ ਕਮਿਊਨਿਟੀ ਹੈਗੀ ਆ ਉਹ ਸਿੱਖਾਂ ਦਾ ਕਾਫੀ ਸਹਿਯੋਗ ਕਰਦੀ ਹੈ, ਜਦੋਂ ਅਸੀਂ ਦੇਖਦੇ ਹਾਂ ਵੀ ਤੁਸੀਂ ਮਾਈਨੋਰਿਟੀ ਦੇ ਵਿੱਚ ਹੈਗੇ ਹੋ, ਅਸੀਂ ਸਿੱਖ ਕੌਮ ਉੱਥੇ ਮਾਈਨੋਰਿਟੀ ਦੇ ਵਿੱਚ ਹੈਗੀ ਹੈ, ਅਤੇ ਸਿੱਖਾਂ ਨੂੰ ਕੀ ਮੁਸ਼ਕਲਾਂ ਦਾ ਸਾਹਮਣਾ, ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਸਰਕਾਰੀ ਦਰਬਾਰੇ ਕੋਈ ਗੱਲ ਹੁੰਦੀ ਹੈ ਜਾਂ ਇੱਦਾਂ ਦੀ ਜਿਵੇਂ ਦੀ ਅੱਜ ਦੀ ਸਿਚੁਏਸ਼ਨ ਬਣੀ ਹੋਈ ਹੈ ਕਸ਼ਮੀਰ ਦੀ, ਇਹਦੇ ਵਿੱਚ ਸਿੱਖ ਕੀ ਮਹਿਸੂਸ ਕਰਦੇ ਨੇ ਅਤੇ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਿੱਖਾਂ ਨੂੰ ਸਾਹਮਣਾ ਕਰਨਾ ਪੈਂਦਾ? ਹਰ ਇੱਕ ਸਮਾਜ ਦੇ ਵਿੱਚ ਸ਼ਰਾਰਤੀ ਅਨਾਸਰ ਹੁੰਦੇ ਨੇ, ਤੇ ਕੁੱਝ ਕੱਟੜਵਾਦੀ ਜਿਹੜੇ ਜਥੇਬੰਦੀਆਂ ਹੈਗੀਆਂ ਕੁੱਝ ਕੁ ਜੀ, ਇਹਨਾਂ ਦਾ ਕੀ ਦਾ ਪ੍ਰਚਾਰ ਮਾਈਨੋਰਿਟੀ ਦੇ ਵਿਰੁੱਧ ਹੁੰਦਾ ਵਾ ਤੇ ਕਮੰਡਬਾਜ਼ੀ ਗਲਤ ਕਰਦੇ ਆ ਜਾਂ ਜਿਹੜੇ ਸਪੀਕਰਾਂ ਤੇ ਗਲਤ ਨਾਅਰੇ ਲਾਏ ਜਾਂਦੇ ਆ ਜਿਹਦੇ ਚ ਹਰਾਸਮੈਂਟ ਪੈਦਾ ਹੋ ਜਾਂਦੀ ਆ ਮਾਈਨੋਰਿਟੀਜ਼ ਨੂੰ ਜੀ, ਜਿਹੜਾ ਕਿ ਪ੍ਰੋਗਰਾਮ ਚ ਜਿਹੜਾ ਯਹਾਂ ਸੇ ਚਲੇਗਾ ਨਿਜ਼ਾਮ ਮੁਸਤਫਾ, ਤੇ ਜਦ ਇਹੋ ਜਿਹੇ ਸਲੋਗਨ ਸਪੀਕਰਾਂ ਤੋਂ ਲਾਏ ਜਾਂਦੇ ਆ ਜਾਂ ਜਿਹੜੇ ਇਹਨਾਂ ਦੇ ਜਿਹੜੇ ਜਲਸੇ ਹੁੰਦੇ ਆ ਇਹਨੇ ਚਲਾਏ ਜਾਂਦੇ ਆ, ਤੇ ਮਾਈਨੋਰਿਟੀ ਕਮਿਊਨਿਟੀ ਦੇ ਵਿੱਚ ਕਾਨਫੀਡੈਂਸ ਦੀ ਕਮੀ ਹੋ ਜਾਂਦੀ ਹੈ, ਤੇ ਉਹਨਾਂ ਦਾ ਕਾਨਫੀਡੈਂਸ ਜਿਹੜਾ ਉਹ ਬਿਲਕੁਲ ਲੋਅ ਹੋ ਜਾਂਦਾ ਵਾ, ਤੇ ਉਹਨੇ ਸ਼ੱਕ ਤੇ ਸ਼ੰਕਾ ਪੈਦਾ ਹੋ ਜਾਂਦੀਆਂ ਨੇ ਤੇ ਆਪਣੇ ਆਪ ਨੂੰ ਇਨਸਿਕਿਓਰ ਫੀਲ ਕਰਦੀਆਂ ਨੇ ਜੀ। ਇਹੀ ਕਾਰਨ ਆ ਕਿ ਕਸ਼ਮੀਰ ਦੇ ਵਿੱਚ 89 ਤੋਂ ਲੈ ਕੇ ਅੱਜ 2016 ਤੱਕ ਜੀ ਪਰਮਨੈਂਟ ਮਾਈਗ੍ਰੇਸ਼ਨ ਹੋ ਰਹੀਆਂ ਨੇ ਜੀ। ਤੇ ਅਗਰ ਕਸ਼ਮੀਰ ਦੀ ਗੱਲ ਕਰੀਏ, ਹਾਫ ਤੋਂ ਜ਼ਿਆਦਾ ਜਿਹੜੇ ਸਿੰਘ ਨੇ ਉਹ ਮਾਈਗ੍ਰੇਟ ਕਰ ਚੁੱਕੇ ਆ, ਤੇ ਕਸ਼ਮੀਰ ਤੋਂ ਬਾਹਰ ਜੰਮੂ, ਦਿੱਲੀ ਜਾਂ ਪੰਜਾਬ ਸੈਟਲ ਹੋ ਚੁੱਕੇ ਆ ਜੀ। ਜੀ ਇਹ ਸਲੋਗਨ ਜਿੱਦਾਂ ਜੀ ਹੋਰ ਵੀ ਬਹੁਤ ਸਲੋਗਨ ਨੇ, ਜਿੱਦਾਂ ਕਾਫਰੋ ਕਸ਼ਮੀਰ ਹਮਾਰਾ ਛੋੜ ਦੋ,
ਇਹੀ ਜਿਹੜੇ ਸਲੋਗਨ ਨੇ ਹਰਾਸਮੈਂਟ ਦਾ ਕਾਰਨ ਨੇ ਤੇ ਕੁਛ ਜਥੇਬੰਦੀਆਂ ਜਿਹੜੀ ਕਿ ਰੈਡੀਕਲ ਆਰਗਨਾਈਜੇਸ਼ਨ ਨੇ ਕੁਝ ਕੁਛ ਸਟੂਨ ਪਲਟਿੰਗ ਦੇ ਇੰਸੀਡੈਂਟ ਕਿਸੀਆਂ ਦੇ ਘਰਾਂ ਤੇ ਪੱਥਰਬਾਜ਼ੀ ਕੀਤੀ ਜਾਵੇ ਜਾਂ ਪੋਸਟਰ ਲਾਏ ਜਾਣ ਤੇ ਇਹਨਾਂ 'ਚ ਏਜੰਸੀਆਂ ਦਾ ਵੀ ਕੰਮ ਹੈ ਤੇ ਉਹ ਏਜੰਸੀਆਂ ਜਿਹੜਾ ਕਿ ਇਸ ਖਰਾਬ ਮਾਹੌਲ ਦਾ ਜਿਹੜਾ ਫਾਇਦਾ ਚੱਕਣੇ ਜਿਹਨਾਂ ਨੂੰ ਮੌਕਾ ਚਾਹੀਦਾ ਵਾ ਕਿ ਖਰਾਬ ਮਾਹੌਲ ਦਾ ਜਿਹੜਾ ਫਾਇਦਾ ਚੱਕੀ ਜੀ ਜੀ ਤੇ ਇਹ ਜਿਹੜੇ ਸਲੋਗਨ ਲੱਗ ਰਿਹਾ ਤੇ ਇਹ ਸਾਈਕੋਲੋਜੀ ਤੌਰ ਤੇ ਸਾਰੇ ਉਹ ਕਹਿੰਦੇ ਕਿ ਨੈਗੇਟਿਵ ਇੰਪੈਕਟ ਇਹਨਾਂ ਦਾ ਹੁੰਦਾ ਵਾ ਤੇ ਇਹ ਅਸੀਂ ਕਮਿਊਨਿਟੀ ਇਨਸਿਕਿਓਰ ਮਹਿਸੂਸ ਕਰਦੀ ਹੈ ਜੀ ਜੀ ਸੁਖਬੀਰ ਸਿੰਘ ਜੀ ਜਿਹੜਾ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਕਿ ਇਹ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਇੱਦਾਂ ਦੇ ਸਲੋਗਨਸ ਲਾਏ ਜਾਂਦੇ ਨੇ ਜਦੋਂ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਜਾਂ ਫਿਰ ਇਹ ਕਹਿ ਲਓ ਵੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਇਹ ਟੈਨਸ਼ਨਸ ਨੂੰ ਦੂਰ ਕਰਨ ਲਈ ਅਤੇ ਭਾਈਚਾਰਕ ਸਾਂਝ ਦੇ ਵਿੱਚ ਤੁਸੀਂ ਸਰਕਾਰੀ ਦਰਬਾਰੇ ਪਹੁੰਚ ਕੀਤੀ ਹੈ ਜਾਂ ਤੁਹਾਡੀਆਂ ਸਰਕਾਰ ਕੋਲੋਂ ਕੋਈ ਮੰਗਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਉਹਨਾਂ ਨਾਲ ਰੇਜ਼ ਕਰਦੇ ਹੋ ਗੱਲਬਾਤ ਕਰਦੇ ਹੋ ਤਾਂ ਕਿ ਇਹ ਪ੍ਰੋਬਲਮਸ ਦਾ ਹੱਲ ਕੱਢਿਆ ਜਾ ਸਕੇ ਸਰਕਾਰ ਨੂੰ ਅਸੀਂ ਇੱਕੋ ਹੀ ਅਪੀਲ ਕਰ ਰਹੇ ਹਾਂ ਕਿ ਤੁਸੀਂ ਮਾਈਨੋਰਟੀਜ਼ ਨੂੰ ਕੋਨਫੀਡੈਂਸ ਵੀ ਲੈ ਕੇ ਇਹਨਾਂ ਨੂੰ ਇਹ ਮਹਿਸੂਸ ਨਾ ਹੋਏ ਕਿ ਅਸੀਂ ਇਨਸਿਕਿਓਰ ਹਾਂ ਕਸ਼ਮੀਰੀ ਚ ਜੀ ਤੇ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਸਰਕਾਰ ਵੱਲੋਂ ਮਗਰ ਸਰਕਾਰ ਨੂੰ ਸੱਚ ਤਾਂ ਮਾਫੀ ਹੁੰਦਾ ਆਪਣੇ ਕੰਮਾਂ 'ਚ ਬਿਜ਼ਨੇ ਇਹਨਾਂ ਨੂੰ ਸਿੰਘਾਂ ਦੀ ਕੋਈ ਪਰਵਾਹ ਨਹੀਂ ਪਹਿਲਾਂ ਵੀ ਸਾਡੇ ਨਾਲ ਕਸ਼ਮੀਰ ਦੀ ਸਰਕਾਰ ਨੇ ਬਹੁਤ ਵਿਤਕਰੇ ਕੀਤੇ ਹੁਣ ਵੀ ਵਿਤਕਰੇ ਇਹਨਾਂ ਦੇ ਬਿਲਕੁਲ ਚੱਲ ਰਿਹਾ ਜੀ ਤੇ ਸਰਕਾਰ ਨੇ ਕਈ ਵਾਰ ਅਸੀਂ ਇਨਫੋਰਮ ਕੀਤਾ ਵਾ ਕਿ ਏਦਾਂ ਇੱਕ ਪਿੰਡ 'ਚ ਹਰਾਸਮੈਂਟ ਹੋ ਰਹੀ ਆ ਜਾਂ ਉਸ ਪਿੰਡ 'ਚ ਸਟੋਨ ਪਲਟਿੰਗ ਹੋ ਰਹੀ ਆ ਤੇ ਸਾਡੇ ਬੱਚੇ ਜਿਹੜੇ ਸਕੂਲ ਕਾਲਜਾਂ ਜਾਂਦੇ ਨੇ ਇਹਨਾਂ ਨੂੰ ਗਲਤ ਕਮੈਂਟ ਕੀਤੇ ਜਾਂਦੇ ਆ ਤੇ ਇਹ ਜਿਹੜਾ ਸਾਡੇ ਨਵੀਂ ਜਨਰੇਸ਼ਨ ਵਾਸਤੇ ਚੰਗਾ ਨਹੀਂ ਆ ਜੀ ਸਰਕਾਰ ਜਿਹੜੀ ਆ ਸਰਕਾਰ ਨੇ ਕੋਈ ਵੀ ਕਦਮ ਨਹੀਂ ਚੱਕੇ ਤੇ ਇਹੀ ਕਾਰਨ ਹੈ ਕਿ ਕਸ਼ਮੀਰ ਚ ਸਿੰਘਾਂ ਦੀ ਸਾਰਿਆਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਜੀ ਹਾਲੇ ਵੀ ਜਾਰੀ ਹੈ ਜੀ ਜੀ ਸਰ ਤੁਸੀਂ ਜਦੋਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਹੋ ਤੁਸੀਂ ਕੋਈ ਸਾਨੂੰ ਕੋਈ ਨੰਬਰ ਦੇ ਸਕਦੇ ਹੋ ਜਾਂ ਸਰਕਾਰ ਵੱਲੋਂ ਕੋਈ ਤੁਹਾਡੇ ਵੱਲੋਂ ਕੋਈ ਇੱਦਾਂ ਦਾ ਉਹ ਕੀਤਾ ਗਿਆ ਹੋਵੇ ਸਰਵੇ ਜਿਹਦੇ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਪਤਾ ਹੋਵੇ ਵੀ ਕਿੰਨੇ ਕੁ ਲੋਕ ਕਿੰਨੇ ਕੁ ਸਿੱਖ ਉੱਥੋਂ ਮਾਈਗ੍ਰੇਟ ਕਰ ਚੁੱਕੇ ਆ ਤੇ ਹੁਣ ਕਿੰਨੀ ਕੁ ਸਿੱਖਾਂ ਦੀ ਆਬਾਦੀ ਹੈਗੀ ਆ ਉੱਥੇ ਇੱਥੇ ਪ੍ਰੈਜੈਂਟਲੀ ਮੈਂ ਰਫਲੀ ਐਸਟੀਮੇਟ ਤੁਹਾਨੂੰ ਦੱਸਾਂਗਾ ਐਟ ਲੀਸਟ 60,000 ਅਪ੍ਰੋਕਸੀਮੇਟਲੀ ਇੱਥੇ ਜਿਹੜੇ ਨੇ ਸਿੰਘ ਵਾਸੇ ਨੇ ਕਸ਼ਮੀਰ ਵਿੱਚ ਜੀ ਐਟ ਲੀਸਟ 20,000 ਤੋਂ ਜ਼ਿਆਦਾ ਸਿੱਖ ਜਿਹੜੇ ਉਹ ਮਾਈਗ੍ਰੇਟ ਹੋ ਗਏ ਨੇ 89 ਤੋਂ ਲੈ ਕੇ 2016 ਤੱਕ ਜੀ ਇਹ ਕਾਰਨ ਇਹ ਹੈ ਕਿ ਸਿੰਘਾਂ ਦੇ ਸਰਬ ਵਿੱਚ ਵਜਾ ਨਹੀਂ ਜਾਂਦਾ ਜੀ ਮਾਈਨੋਰਟੀ ਸਟੇਟਸ ਹੋਵੇ ਜਾਂ ਜੋਬ ਦੀ ਗੱਲ ਹੋਵੇ ਸਰਕਾਰੀ ਜੋਬ ਦੀ ਗੱਲ ਹੋਵੇ ਤੇ ਸਿੰਘਾਂ ਨੂੰ ਇਹਨਾਂ ਨੇ ਦਰਦਨਾਕ ਕਰਤਾ ਜੀ ਸਿੰਘਾਂ ਦੀ ਕੋਈ ਵੀ ਸੁਣਵਾਈ ਨਹੀਂ ਕਰਦੀ ਸਰਕਾਰ ਇਹ ਗਾਂਧੀ ਦੀ ਪਾਰਟੀ ਦੀ ਕਮਿਊਨਿਟੀ ਨੂੰ ਬੈਨੀਫਿਟ ਦਿੰਦੇ ਆ ਜੀ ਤੇ ਉਹਨਾਂ ਦੀ ਰਿਜ਼ਰਵੇਸ਼ਨ ਬੱਚਿਆਂ ਦੀ ਕਾਲਜਾਂ 'ਚ ਜੋਬ ਦੇ ਵਿੱਚ ਪਹਿਲਾਂ ਇਹਨਾਂ ਦਾ ਇੱਕੋ ਹੀ ਰੋਜ਼ੀ ਰੋਟੀ ਦਾ ਉਹ ਜਿਹੜਾ ਸਿਸਟਮ ਸੀ ਉਹ ਸੀ ਸਰਕਾਰੀ ਨੌਕਰੀ ਸੀ ਜੀ ਹੁਣ ਤੇ ਸਰਕਾਰੀ ਨੌਕਰੀ ਸਿੰਘਾਂ ਨੂੰ ਨਹੀਂ ਮਿਲਦੀ ਕੱਲ੍ਹ ਹੀ ਡੇਢ ਮਹੀਨਾ ਪਹਿਲਾਂ 4,000 ਜੋਬ ਆਈ ਸੀ ਜੰਮੂ ਐਂਡ ਕਸ਼ਮੀਰ ਪੁਲਿਸ ਵਿੱਚ
ਪੁਲਿਸ ਨੇ 4000 ਜਿਹੜੇ ਪੁਲਿਸ ਨੌਕਰੀਆਂ ਸੀ 4000 ਤੱਕ ਕੋਈ ਸਿੰਗਲ ਪੁਆਇੰਟ ਨਹੀਂ ਹੋਇਆ ਜੀ। ਸੁਖਬੀਰ ਸਿੰਘ ਜੀ, ਜਿਹੜਾ ਜਿਹੜੀਆਂ ਇਹ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ, ਜਦੋਂ ਅਸੀਂ ਜਿਹੜੇ ਕਸ਼ਮੀਰੀਆਂ ਦੇ ਲੀਡਰਸ ਹੈਗੇ ਆ ਜਾਂ ਆਜ਼ਾਦੀ ਪਸੰਦ ਲੀਡਰਸ ਹੈਗੇ ਆ, ਮੀਰਵਾਇਜ਼ ਉਮਰ ਫਾਰੂਕ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਉਹਨਾਂ ਦੀ ਵੀਡੀਓ ਜੀ ਆਈ ਸੀਗੀ ਪਿੱਛੇ ਜੇ ਇਸ ਅਨਰੈਸਟ ਦੇ ਦੌਰਾਨ, ਅਤੇ ਉਹਨਾਂ ਦਾ ਸੀ ਵੀ ਸਾਡੇ ਜਿਹੜੇ ਇਸ਼ੂਜ਼ ਨੇ, ਜਿਹੜਾ ਕਸ਼ਮੀਰ ਦਾ ਇਸ਼ੂ ਹੈ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਇਸ਼ੂ ਹੈ, ਕਸ਼ਮੀਰੀਆਂ ਦੇ ਸਵੈ ਨਿਰਣੇ ਦੇ ਹੱਕ ਦੀ ਗੱਲ ਹੈ, ਅਤੇ ਉਹਨਾਂ ਦਾ ਸੀਗਾ ਵੀ ਸਾਡੇ ਜਾਂ ਇਕਨੋਮਿਕ ਪ੍ਰੋਬਲਮਸ, ਸਾਨੂੰ ਪੈਕੇਜਿਸ ਜਾਂ ਸਾਨੂੰ ਨੌਕਰੀਆਂ ਦਾ ਨਾ ਹੋ ਕੇ ਸਾਨੂੰ ਆਜ਼ਾਦੀ ਦਾ ਜਿਹੜਾ ਮਸਲਾ ਹੈਗਾ ਉਹ ਜ਼ਿਆਦਾ ਇੰਪੋਰਟੈਂਟ ਆ। ਕਸ਼ਮੀਰ ਦਾ ਸਿੱਖ ਇਸ ਬਾਰੇ ਕੀ ਮਹਿਸੂਸ ਕਰਦਾ ਹੈ? ਦੇਖੋ, ਕਸ਼ਮੀਰ ਦਾ ਸਿੱਖ ਸਾਡੇ ਡਿਟਰਮੀਨੇਸ਼ਨ ਰਾਈਟ ਨੂੰ ਫੁੱਲੀ ਸਪੋਰਟ ਕਰਦਾ ਜੀ। ਕਸ਼ਮੀਰ ਦਾ ਸਿੰਘ ਜਿਹੜਾ ਵਾ ਆਜ਼ਾਦ ਪਸੰਦ, ਆਜ਼ਾਦ ਸੋਚ ਦਾ ਹਾਮੀ ਆ,
ਗੁਰਮਤ ਫਿਲਾਸਫੀ ਦੀ ਗੱਲ ਵੀ ਕਹਿੰਦੀ ਕਿ ਹਰ ਇੱਕ ਬੰਦੇ ਨੂੰ ਅਧਿਕਾਰ ਆ ਸੈਲਫ ਡਿਟਰਮੀਨੇਸ਼ਨ ਦਾ, ਐਵਰੀ ਸੈਲਫ ਹੋਣਾ ਚਾਹੀਦਾ ਜੀ। ਕਸ਼ਮੀਰ ਜਿਹੜਾ ਹਿੰਦੁਸਤਾਨ ਦੇ ਕਬਜ਼ੇ ਚ ਆ ਤੇ ਕਸ਼ਮੀਰ ਜਿਹੜਾ ਪਾਕਿਸਤਾਨ ਦੇ ਕਬਜ਼ੇ ਚ ਆ ਜੀ, ਤੇ ਇਹਨਾਂ ਦੋਵਾਂ ਹਿੱਸਿਆਂ ਦੀ ਫੈਬਰੀਸਾਈਟ ਹੋਣਾ ਚਾਹੀਦਾ ਜੀ। ਫੈਬਰੀਸਾਈਟ ਯੂਨਾਈਟਿਡ ਨੇਸ਼ਨ ਨੂੰ ਕਰਵਾਉਣਾ ਚਾਹੀਦਾ ਵਾ। ਫਿਰ ਦੇਖੋ ਜਿਹੜਾ ਵੀ ਹੱਲ ਨਿਕਲਦਾ ਵਾ ਉਹ ਸਾਰਿਆਂ ਨੂੰ ਐਕਸੈਪਟ ਹੋਣਾ ਚਾਹੀਦਾ। ਇੱਕੋ ਹੀ ਹੱਲ ਆ ਸੈਲਫ ਡਿਟਰਮੀਨੇਸ਼ਨ ਦਾ, ਕਸ਼ਮੀਰ ਦਾ ਮਸਲਾ ਸੋਲਵ ਕਰ ਸਕਦਾ ਵਾ। ਤੇ ਹੋਰ ਨਾ ਬੰਦੂਕ ਦੇ ਨਾਲ ਗੱਲ ਚੱਲ ਰਹੀਆਂ ਜਾਂ ਬਾਕੀ ਪੈਕੇਜ ਦੇ ਨਾਲ ਗੱਲ ਚੱਲ ਰਹੀਆਂ ਜੀ। ਸਰ ਕਸ਼ਮੀਰ ਦਾ ਹਰ ਇੱਕ ਨੌਜਵਾਨ ਜਿਹੜਾ ਵਾ ਇਹ ਖੂਨ ਚ ਉਹ ਆਜ਼ਾਦੀ ਦੀ ਭਾਵਨਾਵਾਂ ਜਿਹੜੀਆਂ ਨੇ ਉਹ ਜਾਗੀਆਂ ਨੇ ਜੀ। ਤੇ ਮਤਲਬ ਕਿ ਹਰ ਇੱਕ ਕਸ਼ਮੀਰ ਦਾ ਨੌਜਵਾਨ ਚਾਹੁੰਦਾ ਵਾ ਕਿ ਕਸ਼ਮੀਰ ਜਿਹੜਾ ਵਾ ਇਹਨੇ ਸੈਲਫ ਡਿਟਰਮੀਨੇਸ਼ਨ ਦਾ ਰਾਜ ਦਿੱਤਾ ਜਾਵੇ ਤੇ ਅਸੀਂ ਫਿਰ ਆਪੇ ਆਪਣੀ ਜਿਹੜੀ ਭਵਿੱਖ ਆ ਉਹਦਾ ਫੈਸਲਾ ਕਰ ਸਕੀਏ ਜੀ। ਜੀ ਸੁਖਬੀਰ ਸਿੰਘ ਜੀ, ਇਹਦੇ 'ਚ ਤੁਸੀਂ ਜਿਹੜੀ ਅੱਜ ਦੀ ਸਿਚੁਏਸ਼ਨ ਹੈਗੀ ਹੈ ਕਸ਼ਮੀਰ ਦੀ, ਇਹਦੇ 'ਚ ਜਿਹੜੀਆਂ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਹੈਗੀਆਂ ਨੇ ਜਾਂ ਜਿਹੜੇ ਬਾਹਰਲੇ ਮੁਲਕ ਹੈਗੇ ਆ, ਯੂਨਾਈਟਿਡ ਨੇਸ਼ਨਸ ਹੋ ਗਈ ਜਾਂ ਅਮਰੀਕਾ ਕੈਨੇਡਾ ਵਰਗੇ ਜਿਹੜੇ ਮੁਲਕ ਹੋ ਗਏ, ਇਹਨਾਂ ਦੀਆਂ ਸਰਕਾਰਾਂ ਤੋਂ ਕੀ ਮਹਿਸੂਸ ਕਰਦੇ ਸੀ ਅਤੇ ਉਹਨਾਂ ਦੇ ਕੰਮਕਾਜ ਤੋਂ ਜਾਂ ਉਹਨਾਂ ਨੇ ਕਸ਼ਮੀਰ ਦੇ ਲਈ ਕੋਈ ਹਾਂ ਦਾ ਨਾਰਾ ਮਾਰਿਆ, ਕਸ਼ਮੀਰ ਪ੍ਰੋਬਲਮ ਦੇ ਸਲਿਊਸ਼ਨ ਲਈ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਜੀ, ਇਹ ਚਾਹੁੰਦੇ ਆ ਕਿ ਐਪਲ ਆਫ ਡਿਸਕੋਰਡ ਰਹਿਣਾ ਚਾਹੀਦਾ ਬਿਟਵੀਨ ਟੂ ਨੇਸ਼ਨ, ਇੰਡੀਆ ਦੇ ਪਾਕਿਸਤਾਨ, ਐਪਲ ਆਫ ਡਿਸਕੋਰਡ ਹੈ ਕਸ਼ਮੀਰ। ਇਹ ਕੋਈ ਵੀ ਸੰਜੀਦਾ ਨਹੀਂ, ਕੋਈ ਵੀ ਕੋਈ ਕੇਅਰ ਨਹੀਂ ਕਰਦਾ ਕਸ਼ਮੀਰ ਦੀ। ਉਹ ਚਾਹੁੰਦੇ ਆ ਕਿ ਕਸ਼ਮੀਰ ਵਿੱਚ ਹੋਰ ਨੌਜਵਾਨਾਂ ਦਾ ਨੁਕਸਾਨ ਹੋਵੇ, ਪ੍ਰੋਪਰਟੀ ਦਾ ਨੁਕਸਾਨ ਹੋਵੇ, ਏਦਾਂ ਹੀ ਕਸ਼ਮੀਰ ਜਿਹੜਾ ਵਾ ਇਹ ਅੱਗ ਚ ਚੜਦਾ ਰਹੇ ਜੀ। ਜੀ ਤੇ ਕੋਈ ਵੀ ਮਤਲਬ ਕਿ ਇੱਕ ਸੰਜੀਦਾ ਨਹੀਂ ਕਸ਼ਮੀਰ ਦਾ ਜਿਹੜਾ ਇਸ਼ੂ ਆ ਇਹ ਸੋਲਵ ਹੋ ਸਕੇ, ਕਿਉਂਕਿ ਅਗਰ ਕਸ਼ਮੀਰ ਇਸ਼ੂ ਸੋਲਵ ਹੋ ਜਾਂਦਾ ਵਾ ਤੇ ਬਾਕੀ ਜਿਹੜੇ ਲੋਕ ਨੇ ਉਹਨਾਂ ਦੀ ਦੁਕਾਨਾਂ ਬੰਦ ਹੋ ਜਾਣੀਆਂ ਨੇ, ਉਹਨਾਂ ਨੂੰ ਕੋਈ ਮੁੱਦਾ ਹੀ ਨਹੀਂ ਮਿਲਦਾ ਜੀ। ਤੇ ਅਸੀਂ ਚਾਹੁੰਦੇ ਹਾਂ ਕਿ ਯੂਨਾਈਟਿਡ ਨੇਸ਼ਨ ਜਾਂ ਬਾਕੀ ਜਿਹੜੇ ਯੁੱਧ ਤਾਕਤਾਂ ਨੇ, ਅਮੈਰੀਕਾ ਵਾ, ਇਹਨਾਂ ਨੂੰ ਸੰਜੀਦਾ ਹੋਣਾ ਚਾਹੀਦਾ ਵਾ, ਕਿਉਂਕਿ ਦੋਨੋਂ ਨਿਊਕਲੀਅਰ ਵੈਪਨ ਸਟੇਟ ਨੇ। ਅਗਰ ਏਦਾਂ ਦੀ ਕੋਈ ਵਾਰਦਾਤ ਹੋ ਜਾਂਦੀ ਆ ਜਾਂ ਕੋਈ ਵਾਰ ਹੋ ਜਾਂਦੀ ਆ ਬਿਟਵੀਨ ਟੂ ਨੇਸ਼ਨ, ਤੇ ਇੱਕ ਬਹੁਤ ਭਿਆਨਕ ਜਿਹੜਾ ਵਾ ਉਹ ਮੋੜ ਲੈ ਸਕਦੀ ਆ ਜੀ। ਜੀ ਸੁਖਬੀਰ ਸਿੰਘ ਜੀ, ਅੰਤ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਵਾ ਕਿ ਆਪਣਾ ਜਿਹੜਾ ਤੁਹਾਡਾ ਚੈਨਲ ਹੈ ਬਹੁਤ ਵਧੀਆ ਚੱਲ ਰਿਹਾ ਇੰਟਰਨੈਟ ਤੇ, ਕਸ਼ਮੀਰ ਦੀ ਹਰ ਇੱਕ ਜਿਹੜਾ ਸਿੰਘ ਆ ਉਸ ਚੈਨਲ ਨੂੰ ਆਨਲਾਈਨ ਜਿਹੜਾ ਵਾ ਉਹ ਨਿਊਜ਼ ਜਿਹੜਾ ਵਾ ਸੁਣਦਾ ਵਾ, ਤੇ ਇਹਦੇ 'ਚ ਬਹੁਤ ਵਧੀਆ ਨਿਊਜ਼ ਤੇ ਅਵੇਅਰਨੈਸ ਪ੍ਰੋਗਰਾਮ ਵੀ ਹੁੰਦੇ ਆ। ਡਾਕਟਰ ਅਮਰਜੀਤ ਸਿੰਘ ਦੇ ਵੀਡੀਓ ਜਿਹੜੇ ਨੇ ਉਹ ਹਰ ਇੱਕ ਨੌਜਵਾਨ ਦੇ ਮੋਬਾਈਲ ਸੈਟਾਂ 'ਚ ਨੇ ਜੀ, ਤੇ ਉਹ ਇਹਨੂੰ ਫਾਰਵਰਡ ਵੀ ਕਰਦੇ ਨੇ ਅੱਗੇ ਕਿ ਅਵੇਅਰਨੈਸ ਦਾ ਕੰਮ ਦੇ ਵਿੱਚ ਪ੍ਰੋਜੈਕਟਰ ਤੇ ਵੀ ਲਾਈਆਂ ਜਾਂਦੀਆਂ ਨੇ ਵੀਡੀਓ, ਕਿ ਅਵੇਅਰਨੈਸ ਮੇਰੇ ਕਿਸੇ ਨੂੰ ਪੋਲੀਟੀਕਲ ਅਵੇਅਰਨੈਸ ਤੇ ਧਾਰਮਿਕ ਅਵੇਅਰਨੈਸ। ਤੇ ਮੈਂ ਅੱਜ ਇੱਥੇ ਕਹਿਣਾ ਚਾਹੁੰਦਾ ਕਿ ਚੈਨਲ ਜਿਹੜਾ ਵਾ ਇਹ ਪੰਥ ਦੀ ਇੱਕ ਵੋਇਸ ਆ, ਤੇ ਹੋਰ ਐਮ ਪੀ ਇੱਕ ਗੱਲ ਸਾਰੀ ਸੰਗਤ ਨੂੰ ਮੈਂ ਦੱਸਣਾ ਚਾਹੁੰਦਾ ਵਾ ਕਿ ਪੰਥ ਚ ਯੂਨਿਟੀ ਰੱਖੋ, ਜਿਹੜੀਆਂ ਵੰਡੀਆਂ ਪੰਥ ਚ ਪਈਆਂ ਨੇ ਵੰਡੀਆਂ ਨੂੰ ਖਤਮ ਕਰਕੇ ਅਸੀਂ ਇਕਜੁੱਟ ਹੋ ਕੇ ਨਿਸ਼ਾਨ ਸਾਹਿਬ ਦੇ ਥੱਲੇ ਧਰਮ ਦੇ ਕਾਰਜ ਕਰੀਏ, ਤੇ ਪਰਮਾਤਮਾ ਚੜ੍ਹਦੀ ਕਲਾ ਕਰੇਗਾ। ਤੇ ਸਾਡਾ ਜਿਹੜਾ ਸੰਕਲਪ ਆ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸੰਕਲੇ ਮਨੇ ਹੈ, ਸੰਕਲਪ ਨੂੰ ਪੂਰਾ ਕਰਦਿਆਂ ਕੋਈ ਦੇਰ ਨਹੀਂ ਲੱਗਣੀ ਜੀ। ਜੀ ਸੁਖਬੀਰ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਅਤੇ ਆਪਣੇ ਵਿਚਾਰ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਅਤੇ ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਰਸ, ਜਿਵੇਂ ਕਿ ਸੁਖਬੀਰ ਸਿੰਘ ਜੀ ਨੇ ਦੱਸਿਆ ਕਿ ਕਸ਼ਮੀਰੀਆਂ ਅਤੇ ਕਸ਼ਮੀਰ ਦੇ ਵਿੱਚੋਂ ਸਿੱਖਾਂ ਦੀ ਕਿਵੇਂ ਮਾਈਗ੍ਰੇਸ਼ਨ ਹੋ ਰਹੀ ਹੈ ਕਸ਼ਮੀਰ ਪ੍ਰੋਬਲਮ ਨੂੰ ਮੁੱਖ ਰੱਖਦਿਆਂ, ਹਾਲਾਂਕਿ ਇਹਦਾ ਜਿਹੜਾ ਸੋਲਿਊਸ਼ਨ ਹੈਗਾ ਉਹ ਪਲੈਬਿਸਾਈਟ ਹੀ ਹੈ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਅਤੇ ਉਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਦੋਂ ਉਹ ਇੰਪਲੀਮੈਂਟ ਹੋ ਸਕਦਾ। ਇੰਡੀਆ, ਪਾਕਿਸਤਾਨ ਅਤੇ ਜਿਹੜੇ ਬਾਹਰਲੇ ਮੁਲਕ ਹੈਗੇ ਆ ਜਾਂ ਯੂਨਾਈਟਿਡ ਨੇਸ਼ਨਸ ਹੈ, ਇਹਦੀ ਇੰਪਲੀਮੈਂਟੇਸ਼ਨ ਕਦੋਂ ਹੋ ਸਕਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।